ਸਤਿ ਸ਼੍ਰੀ ਅਕਾਲ ਜੀ ਮੈਂ ਹਿਮਾਂਸ਼ੀ ਖੁਰਾਨਾ ਸਤਿ ਸ਼੍ਰੀ ਅਕਾਲ ਜੀ ਮੈਂ ਨਰਵੈਰ ਪੰਨੂ ਹਾਈ ਗਾਇਜ਼ ਦਿਸ ਇਜ਼ ਤਾਨੀਆ ਮੈਂ ਕੋਰ ਵਾਲਾ ਮਾਂ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਪਟਾਰਾ ਦਾ ਅਫੀਸ਼ੀਅਲ YouTube ਚੈਨਲ ਪਟਾਰਾ ਦੇ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ ਸਬਸਕ੍ਰਾਈਬ ਪਟਾਰਾ ਟੀਵੀ ਸਤਿ ਸ਼੍ਰੀ ਅਕਾਲ ਜੀ ਮੈਂ ਰਾਜ ਧਾਲੀਵਾਲ ਸਤਿ ਸ਼੍ਰੀ ਅਕਾਲ ਜੀ ਮੈਂ ਨਿਰਭੈ ਧਾਲੀਵਾਲ ਅਤੇ ਮੇਰੇ ਨਾਲ ਮੇਰੀ ਗਰਲਫ੍ਰੈਂਡ ਪਿਆਰੀ ਪਤਨੀ ਰਾਜ ਧਾਲੀਵਾਲ ਅਤੇ ਅੱਜ 20 ਸਾਲ ਦਾ ਇੱਕ ਬੰਦ ਪਟਾਰਾ ਹੈ ਮੇਰੇ ਕੋਲ ਉਹ ਸਾਡਾ ਰਾਜ ਜਿਹੜਾ ਰਾਜ ਦਾ ਰਾਜ ਅਸੀਂ ਕਿਸੇ ਨੂੰ ਨਹੀਂ ਦੱਸਿਆ ਓ ਯੈਸ ਬਹੁਤ ਨੇ ਪੁੱਛਿਆ ਔਰ ਉਹ ਸਾਡਾ ਯਾਦਾਂ ਦਾ ਪਟਾਰਾ ਉਹ ਅਸੀਂ ਅੱਜ ਖੋਲ੍ਹਣ ਜਾ ਰਹੇ ਹਾਂ ਮੈਨੂੰ ਲੱਗਦਾ ਕਿਸੇ ਨੂੰ ਇਹ ਗੱਲ ਦਾ ਪਤਾ ਵੀ ਨਹੀਂ ਹੋਣਾ ਜਿਵੇਂ ਹਰ ਇੱਕ ਇਨਸਾਨ ਦੀ ਲਵ ਸਟੋਰੀ ਹੁੰਦੀ ਹੈ ਉਹਦੇ ਵਿੱਚ ਬਹੁਤ ਸਾਰੇ ਉਤਰਾਅ ਚੜ੍ਹਾਅ ਆਉਂਦੇ ਨੇ ਪਰ ਸਾਡੀ ਜਿਹੜੀ ਲਵ ਸਟੋਰੀ ਬੜੀ ਸਮੂਥ ਚੱਲੀ ਹੈ ਨਾ ਅਤੇ ਹੁਣ 20 ਸਾਲ ਦਾ ਸਫ਼ਰ ਹੋ ਗਿਆ ਹੁਣ ਤੱਕ ਅਤੇ ਮਤਲਬ ਅਜੇ ਤੱਕ ਕਿਸੇ ਨੂੰ ਪਤਾ ਵੀ ਨਹੀਂ ਕਿ ਸਾਡੀ ਲਵ ਮੈਰਿਜ ਹੈ ਗੱਲ ਇਸ ਤਰ੍ਹਾਂ ਕਿ ਪੜ੍ਹਨ ਜਾ ਰਹੇ ਸੀ ਕਾਲਜ ਨੂੰ ਅਤੇ ਰਸਤੇ 'ਚ ਕੁੜੀ ਚੜ੍ਹੀ ਬੱਸ ਦੇ ਵਿੱਚ ਅਤੇ ਬੱਸ ਫੁੱਲ ਹੈ ਭਰੀ ਹੋਈ ਹੈ ਯੂਥ ਨਾਲ ਮੁੰਡੇ ਕੁੜੀਆਂ ਨਾਲ ਅਤੇ ਮੈਂ ਸੀਟ 'ਤੇ ਬੈਠਾਂ ਅਤੇ ਮੈਂ ਜਦੋਂ ਸੀਟ ਦੇ ਨੇੜੇ ਰਾਜ ਧਾਲੀਵਾਲ ਆਈ ਉੱਦਾਂ ਨੋਰਮਲੀ ਮੈਂ ਉੱਠ ਕੇ ਸੀਟ ਛੱਡਤੀ ਅਤੇ ਬੈਠ ਗਏ ਮੇਰੀ ਸੀਟ 'ਤੇ ਅਤੇ 20 ਸਾਲ ਤੋਂ ਬੈਠੇ ਨੇ ਅਤੇ ਉਹ ਸੀਟ ਮੱਲ ਲਈ ਇਹ ਮੱਲ ਲਈ ਅੱਗੇ ਵੀ ਦੱਸਦਾ ਬਸ ਅੱਗੇ ਤੂੰ ਦੱਸ ਦੇ ਉਹ ਦਿਨ ਜਿਹੜਾ ਮੈਂ ਇੱਕ ਹੋਰ ਐਡ ਕਰਨਾ ਚਾਹੁੰਦੀ ਹਾਂ ਉਹ ਜਿਹੜਾ ਦਿਨ ਸੀਗਾ ਉਹ ਮੈਂ ਫਸਟ ਟਾਈਮ ਕਾਲਜ ਗਈ ਸੀ ਉਸ ਦਿਨ ਅਤੇ ਪਹਿਲਾ ਦਿਨ ਸੀਗਾ ਪਹਿਲੇ ਦਿਨ ਹੀ ਕਿਸੇ ਮੁੰਡੇ ਨੇ ਮੈਨੂੰ ਸੀਟ ਦੇ ਦਿੱਤੀ ਅਤੇ ਉਸ ਮੁੰਡੇ ਨੇ ਕਾਫੀ ਸ਼ੇਡ ਦੀ ਪੱਗ ਵੀ ਬੰਨੀ ਹੋਈ ਸੀ ਯਾਦ ਆ ਤੁਹਾਨੂੰ ਹਾਂ ਇਹ ਨਹੀਂ ਯਾਦ ਯਾਦ ਐਵੇਂ ਜਿਹਾ ਕਲਰ ਸੀਗਾ ਅਤੇ ਉਹ ਮੈਨੂੰ ਯਾਦ ਆ ਨਾ ਬਾਅਦ 'ਚ ਸੀਟ ਦੇ ਕੇ ਮੈਂ ਕਿਹਾ ਵੀ ਬੜਾ ਸਾਊ ਮੁੰਡਾ ਹੈ ਨਾ ਕਿ ਹੋਰ ਤਾਂ ਕਿਸੇ ਨੇ ਸੀਟ ਹੀ ਨਹੀਂ ਦਿੱਤੀ ਇੱਕੋ ਹੀ ਮੁੰਡਾ ਜਿਹਨੇ ਮੈਨੂੰ ਸੀਟ ਦਿੱਤੀ ਅਤੇ ਮੈਂ ਬੈਠ ਗਈ ਹੈ ਨਾ ਇਹ ਨਾ ਸ਼ੀਸ਼ੇ ਵਿੱਚੋਂ ਮੈਨੂੰ ਟੇਢੇ ਟੇਢੇ ਦੇਖੀ ਗਏ ਉਹ ਗਾਣਾ ਨਾ ਇੱਕ ਟੇਢੀ ਟੇਢੀ ਤੱਕ ਨਹੀਂ ਤੂੰ ਉਲਟ ਹੋ ਗਿਆ ਵੀ ਟੇਢਾ ਟੇਢਾ ਤੱਕਦਾ ਤੂੰ ਮੈਂ ਤਾਂ ਬੜਾ ਸਾਊ ਜਿਹਾ ਮੰਨਿਆ ਸੀ ਨਹੀਂ ਉੱਦਾਂ ਹੈ ਤਾਂ ਮੈਂ ਸਾਊ ਹਾਂ ਪਤਾ ਮੈਨੂੰ 20 ਸਾਲ ਹੋ ਗਏ ਅਤੇ ਉਹ ਹੈਗਾ ਸੀ ਸਮਾਂ 1997 ਦਾ ਅਤੇ 97 ਤੋਂ ਬਾਅਦ 98 99 ਚਾਰ ਕੁ ਸਾਲ ਮੈਂ ਇਹਨਾਂ ਦੇ ਵੇਟ ਕਰੀਏ ਸੀ ਇਹਨਾਂ ਦੇ ਨਾਲ ਮੇਰੀ ਭੂਆ ਜੀ ਦਾ ਬੇਟਾ ਪੜ੍ਹਦਾ ਸੀਗਾ ਹਾਂ ਉਸ ਦਾ ਨਾਂ ਸੀ ਅਮਨਦੀਪ ਸਿੰਘ ਬਾਦਲ ਅਤੇ ਮੇਰਾ ਉਹ ਖਾਸ ਮਿੱਤਰ ਸੀ ਅਸੀਂ ਇਕੱਠੇ ਹੀ ਕਾਲਜ ਪੜ੍ਹਨ ਜਾਂਦੇ ਸੀ ਬੋਲਟ ਮੋਟਰਸਾਈਕਲ 'ਤੇ ਅਤੇ ਉਹਦੇ ਫਾਦਰ ਸਾਹਿਬ ਵੀ ਸਾਨੂੰ ਬਹੁਤ ਪਿਆਰ ਕਰਦੇ ਸੀ ਸੋ ਕਾਰਨ ਇਹ ਵੀ ਸੀਗਾ ਇੱਕ ਕਿ ਮਤਲਬ ਇਹ ਸਟੋਰੀ ਤਾਂ ਉੱਦਾਂ ਚੱਲ ਪਈ ਕੁਦਰਤੀ ਚੱਲ ਪਈ ਨਾਲ ਕਿਉਂਕਿ ਜਿਹੜਾ ਮੇਰਾ ਦੋਸਤ ਸੀ ਬਾਦਲ ਉਹਨੂੰ ਇਹ ਬੜਾ ਹੁੰਦਾ ਸੀ ਕਿ ਮੈਂ ਇਹਨੂੰ ਜਿਹੜਾ ਰਿਸ਼ਤਾ ਹੈ ਨਿਰਭੈ ਦਾ ਉਹ ਮੈਂ ਆਪਣੀ ਰਿਸ਼ਤੇਦਾਰੀ 'ਚ ਕਰਾਵਾਂ ਅਤੇ ਭੂਆ ਜੀ ਦਾ ਬੇਟਾ ਸਾਡਾ ਜਿਹੜਾ ਵਿਚੋਲਾ ਬਣਿਆ ਅਤੇ ਉਹਨੇ ਸਾਡੇ ਘਰ ਰਿਸ਼ਤਾ ਲੈ ਕੇ ਆਇਆ ਉਹ ਮੈਂ ਭੇਜਿਆ ਹਾਂ ਭੇਜਾਂ ਤਾਂ ਇੱਦਾਂ ਹੀ ਅਸੀਂ ਨਾ ਮਤਲਬ ਸਰਦੀਆਂ ਦੇ ਦਿਨ ਸੀਗੇ ਚੁੱਲ੍ਹੇ ਦੇ ਅੱਗੇ ਮੰਮੀ ਰੋਟੀਆਂ ਬਣਾ ਰਹੇ ਸੀ ਮੈਂ ਵੀ ਨਾਲ ਬਣਵਾ ਰਹੀ ਸੀ ਮੰਮੀ ਮੈਨੂੰ ਕਹਿੰਦੇ ਤੇਰੇ ਨਾਲ ਕੋਈ ਮੁੰਡਾ ਪੜ੍ਹਦਾ ਸੋਸਪੁਰ ਦਾ ਮੈਂ ਕਿਹਾ ਹਾਂ ਕਹਿੰਦੇ ਅੱਛਾ ਉਹਦਾ ਨਾ ਰਿਸ਼ਤਾ ਆਇਆ ਮੈਂ ਸੋਚਿਆ ਮੇਰੀ ਭੈਣ ਵਾਸਤੇ ਆਇਆ ਹੋਣਾ ਮੈਂ ਕਿਹਾ ਵੀ ਠੀਕ ਹੈ ਵਧੀਆ ਮੰਮੀ ਕਹਿੰਦੇ ਮੈਂ ਕਿਹਾ ਕਰ ਦਿਉ ਮੰਮੀ ਕਹਿੰਦੇ ਦੇਖ ਲੈ ਮੈਂ ਕਿਹਾ ਦੇਖ ਲੈ ਮਤਲਬ ਭੈਣ ਵਾਸਤੇ ਨਹੀਂ ਕਹਿੰਦੇ ਨਹੀਂ ਤੇਰੇ ਵਾਸਤੇ ਮੈਂ ਕਿਹਾ ਨਹੀਂ ਕਾਲਾ ਜਿਹਾ ਮੈਂ ਨਹੀਂ ਕਰਾਉਣਾ ਕਾਲਾ ਜਿਹਾ ਪਰ ਅੰਦਰੋਂ ਅੰਦਰ ਤਾਂ ਸੀਗਾ ਨਾ ਅੰਦਰ ਤਾਂ ਕੁਝ ਚੱਲ ਹੀ ਰਿਹਾ ਸੀਗਾ ਤੇ ਉਹਨਾਂ ਵੇਲਿਆਂ ਦੇ ਵਿੱਚ ਮੋਬਾਈਲ ਫੋਨ ਤਾਂ ਹੁੰਦੇ ਨਹੀਂ ਸੀ ਲੈਂਡਲਾਈਨ ਫੋਨ ਹੁੰਦੇ ਸੀ ਹਾਂ ਉਹਦੇ ਵਿੱਚ ਇੱਕ ਗੱਲ ਮੈਂ ਦੱਸਣੀ ਚਾਹੁੰਦੀ ਹਾਂ ਕਿ ਸਾਡਾ ਨਾ ਇੱਕ ਕੋਡ ਰੱਖਿਆ ਹੋਇਆ ਸੀਗਾ ਫੋਨ ਦਾ ਦੋ ਵਾਰੀ ਮਿਸ ਰਿੰਗ ਦੇਣੀ ਤੀਜੀ ਵਾਰ ਚੁੱਕਣਾ ਕਰਦੇ ਕਹਿਣਾ ਪਤਾ ਨਹੀਂ ਕਿਹੜਾ ਆ ਵੀ ਦੋ ਇਹ ਜਦੋਂ ਫੋਨ ਹੁੰਦਾ ਤੇ ਇਹਨੇ ਫਿਰ ਕਹਿ ਦੇਣਾ ਵੀ ਮੇਰੀ ਇੱਕ ਸਹੇਲੀ ਆ ਸੁਨੀਤਾ ਉਹਦੇ ਵਿਚਾਰੀ ਰਾਜ ਗੋਲ ਤੇ ਨਾ ਪਟਾਰੇ 'ਚ
पटारा खुल गया भी हुण मैं माफी चाहुंदा भी पटारे च बहुत कुछ निकलना है बहुत कुछ ਤੇ ਮੇਰੀ ਇੱਕ ਫਰੈਂਡ ਸੀ ਸੁਨੀਤਾ ਅਸੀਂ ਦੋਵੇਂ ਜਾਂਦੀਆਂ ਸੀ ਤੇ ਐਸਟੀਡੀ ਪੀਸੀਓ ਤੇ ਜਾਣਾ ਇਹਨਾਂ ਦੇ ਘਰੇ ਫੋਨ ਕਰਨਾ ਇਹਨਾਂ ਦੇ ਕਈ ਵਾਰ ਮੰਮੀ ਨੇ ਚੁੱਕ ਲੈਣਾ ਉਹਨਾਂ ਨੇ ਅੱਗੋਂ ਅਸੀਂ ਬੋਲਣਾ ਨੇ ਕਹਿੰਦੇ ਪਤਾ ਨਹੀਂ ਕਿਹੜਾ ਮਰਦਾ ਬੋਲਦਾ ਹੀ ਨਹੀਂ ਬਸ ਉਹ ਤੋਂ ਬਾਅਦ ਫਿਰ ਜਿਹੜਾ ਮੇਰਾ ਦੋਸਤ ਸੀ ਅਮਨਦੀਪ ਸਿੰਘ ਬਾਦਲ ਤੇ ਉਹਨੂੰ ਮੈਂ ਭੇਜਿਆ ਇਹਨਾਂ ਦੇ ਘਰੇ ਉਹਨਾਂ ਦੇ ਰਿਸ਼ਤੇਦਾਰੀ ਲੱਗਦੇ ਸੀ ਇਹਨਾਂ 'ਤੇ ਆਉਂਦਾ ਜਾਂਦਾ ਸੀ ਉਹ ਅਤੇ ਉਹ ਮੈਨੂੰ ਕਿਉਂਕਿ ਕਈ ਵਾਰ ਕਹਿ ਚੁੱਕਿਆ ਸੀ ਮੈਂ ਆਪਣੀ ਰਿਸ਼ਤੇਦਾਰੀ 'ਚੋਂ ਵਿਆਹ ਕਰਾਉਣਾ ਹੈ ਰਿਸ਼ਤੇਦਾਰੀ 'ਚੋਂ ਤੇਰਾ ਮੈਂ ਵਿਚੋਲਾ ਬਣਨਾ ਉਹਨੂੰ ਬੜਾ ਚਾਅ ਸੀ ਅਤੇ ਫਿਰ ਮੈਂ ਕਿਹਾ ਵੀ ਜਦੋਂ ਕਿਤੇ ਮੈਨੂੰ ਕਾਲਜ 'ਚ ਮਿਲਣਾ ਅਤੇ ਮੈਨੂੰ ਮਿਲਾਇਆ ਕਿ ਸਾਡੇ ਰਿਸ਼ਤੇਦਾਰ 'ਚੋਂ ਰਿਸ਼ਤੇਦਾਰੀ 'ਚੋਂ ਕੁੜੀ ਹੈ ਮੈਂ ਕਿਹਾ ਅੱਛਾ ਫਿਰ ਮੈਂ ਸੋਚਿਆ ਯਾਰ ਇਹ ਤਾਂ ਉਹੀ ਕੁੜੀ ਹੈ ਜਿਹਨੂੰ ਮੈਂ ਸੀਟ ਦੇ ਦਿੱਤੀ ਹੈ ਨਾ ਮੈਂ ਕਿਹਾ ਵੀ ਯਾਰ ਵੀ ਇਹ ਤਾਂ ਮੈਂ ਅੰਦਰੋਂ ਤਾਂ ਮੈਂ ਲਾਈਕ ਕਰਦਾ ਜਿਹਨੂੰ ਹੁਣ ਕਹਿੰਦੇ ਆ ਨਾ ਪਿਆਰ ਕਰਦਾ ਵੀ ਯਾਰ ਇਹ ਤਾਂ ਉਹੀ ਕੁੜੀ ਹੈ ਜਿਹਨੂੰ ਮੈਂ ਸੀਟ ਛੱਡੀ ਸੀ ਕਹਿੰਦਾ ਇਹ ਤਾਂ ਸਾਡੀ ਰਿਸ਼ਤੇਦਾਰ ਹੈ ਮਾਂ ਫਿਰ ਬਣ ਵਿਚੋਲਾ ਤੇ ਉਹ ਬਣ ਗਿਆ ਹਾਂ ਜਿਹੜਾ ਬੋਲੇ ਉਹੀ ਕੁੰਡਾ ਖੋਲੇ ਅਤੇ ਵਿਚੋਲਾ ਬਣਾ ਲਿਆ ਫਿਰ ਮੈਂ ਫਿਰ ਉਹਨੂੰ ਕਹਿੰਦਾ ਰਿਹਾ ਮੈਂ ਵੀ ਜਾ ਭਾਈ ਗੱਲ ਕਰ ਜਾ ਇਸ ਤਰ੍ਹਾਂ ਗੱਲ ਹੋਈ ਆ ਹਾਂ ਬਿਲਕੁਲ ਅਤੇ ਫਿਰ ਜੀ ਸਾਡਾ ਵਿਆਹ ਹੋ ਗਿਆ ਹਾਂਜੀ ਵਧੀਆ ਸਾਡੀ ਲਾਈਫ ਚੱਲਦੀ ਗਈ ਫਿਰ ਇਹ ਮੈਨੂੰ ਆਪਣੇ ਥੀਏਟਰ 'ਚ ਲਿਆਏ ਇਹਨਾਂ ਦਾ ਆਪਣਾ ਥੀਏਟਰ ਗਰੁੱਪ ਸੀਗਾ ਇਹਨਾਂ ਦੀ ਇੱਕ ਆਰਟਿਸਟ ਕੁੜੀ ਚਲੇ ਗਈ ਸੀ ਫਿਰ ਇਹਨਾਂ ਨੇ ਮੈਨੂੰ ਆਪਣੇ ਨਾਲ ਥੀਏਟਰ ਸਟਾਰਟ ਕਰਵਾ ਤਾ ਅਤੇ ਜਿਹੜਾ ਮੇਰਾ ਫਿਲਮਾਂ 'ਚ ਆਉਣਾ ਥੀਏਟਰ ਕਰਨਾ ਉਹਦਾ ਜਿਹੜਾ ਸਾਰਾ ਸਿਹਰਾ ਕਿਹਨੂੰ ਜਾਂਦਾ ਇਸ ਬੰਦੇ ਨੂੰ ਇਹ ਮੇਰੇ ਘਰ ਵਾਲੇ ਨੂੰ ਮੇਰੇ ਬੋਏਫ੍ਰੈਂਡ ਨੂੰ ਸੋ ਇਹ ਮੇਰੇ ਗੁਰੂ ਵੀ ਨੇ ਮੇਰੇ ਬੋਏਫ੍ਰੈਂਡ ਵੀ ਨੇ ਮੇਰੇ ਹਸਬੈਂਡ ਵੀ ਨੇ ਅਤੇ ਮੇਰੇ ਬਹੁਤ ਪਿਆਰੇ ਪਿਆਰੇ ਦੋਸਤ ਵੀ ਨੇ ਅੱਜ ਕੱਲ੍ਹ ਸਾਰੇ ਲੋਕ ਇੰਨੇ ਮਤਲਬ ਗਿਫਟ ਦਿੰਦੇ ਨੇ ਆਪਣੀਆਂ ਗਰਲਫ੍ਰੈਂਡਸ ਨੂੰ ਬਹੁਤ ਖੁਸ਼ ਹੈ ਤੁਸੀਂ ਮੈਨੂੰ ਕਦੇ ਕੋਈ ਮਤਲਬ ਤੋਹਫ਼ਾ ਦਿੱਤਾ ਹੀ ਨਹੀਂ ਸੀਗਾ ਉਦੋਂ ਵੀ ਨਹੀਂ ਦਿੱਤਾ ਹੈਗਾ ਮੇਰੇ ਯਾਦ ਹੈ ਵਾ ਇੱਕ ਵਾਰੀ ਨਾ ਤੁਸੀਂ ਟੂਰ ਤੇ ਗਏ ਸੀਗੇ ਸ਼ਿਮਲੇ ਕਾਲਜ ਤੋਂ ਤੇ ਤੁਸੀਂ ਇੱਕ ਮੇਰੇ ਵਾਸਤੇ ਲੱਕੜ ਦਾ ਪੀਸ ਜਿਹਾ ਲੈ ਕੇ ਆਇਆ ਸੀ ਮੈਨੂੰ ਲੱਗਾ ਹਜੇ ਵੀ ਮੇਰਾ ਸਾਂਭਿਆ ਹੋਇਆ ਮੈਂ ਉਹ ਵੀ ਸਾਂਭ ਲਿਆ ਮੈਨੂੰ ਕੋਈ ਵਧੀਆ ਜਿਹਾ ਗਿਫਟ ਕਰ ਦਿੰਦੇ ਤੁਸੀਂ ਉਹ ਨਾ ਸ਼ਿਮਲੇ ਆਪਾਂ ਮਾਰ ਰੋਡ ਤੇ ਜਾਂਦੇ ਨਾ ਉੱਥੇ ਲੱਕੜ ਦੇ ਹਨਾ ਹੁੰਦੇ ਲੋਕਡ ਦੇ ਰਿੰਗ ਹੁੰਦੇ ਤੇ ਉਹ ਸਾਰੇ ਉਹ ਲੈ ਰਹੇ ਸੀ ਮੈਂ ਕਿਹਾ ਚੱਲ ਮੈਨੂੰ ਉਹ ਵਧੀਆ ਲੱਗਿਆ ਮੈਂ ਉਹ ਦੇ ਤਾ ਗਿਫਟ ਤੇ ਉਦਾਂ ਮੈਂ ਵਿਆਹ ਕਰਾ ਲਿਆ ਯਾਰ ਤੇਰਾ ਬਹੁਤ ਵੱਡਾ ਗਿਫਟ ਹੈ ਓ ਅੱਛਾ ਯਾਰ ਦਰਵੇਸ਼ ਬੰਦਾ ਮਿਲ ਗਿਆ ਯਾਰ ਮੇਰਾ ਇੱਕ ਮਿੱਤਰ ਹੈ ਕਹਾਣੀਕਾਰ ਜਸਵੀਰ ਰਾਣਾ ਉਹ ਮੈਨੂੰ ਕਈ ਸਾਲ ਤੋਂ ਤਕਰੀਬਨ ਲਾ ਲਓ ਵੀ 10 ਸਾਲ ਤੋਂ ਮੇਰੇ ਮਗਰ ਪਿਆ ਹੋਇਆ ਕਿ ਤੇਰੇ ਜਿਹੜੇ ਖਤ ਨੇ ਮੇਰੇ ਖਤ ਆਪਣੇ ਖਤ ਨੇ ਸਾਂਭੇ ਹੋਏ ਨੇ ਹਾਂ ਉਹਦੇ ਕੋਲ ਹੀ ਪਏ ਨੇ ਤੇ ਉਹਨਾਂ ਦੀ ਮੈਂ ਉਹਨੂੰ ਕਿਹਾ ਸੀ ਦੱਸਿਆ ਮੈਂ ਇੰਨੀ ਦੱਸਿਆ ਵੀ ਮੈਨੂੰ ਕਿਉਂ ਨਹੀਂ ਦੱਸਿਆ ਉਹ ਲੈ ਗਿਆ ਸੀ ਮੇਰੇ ਤੋਂ ਯਾਰ ਹੱਦ ਹੋ ਗਈ ਯਾਰ ਸਾਹਮਣੇ ਦੇਖ ਰਹੇ ਹਾਂ ਸਾਰੇ ਮਾੜਾ ਜਿਹਾ ਬਾਅਦ 'ਚ ਕਰਦੇ ਉਹ ਲੈ ਗਿਆ ਅਤੇ ਉਹ ਖਹਿੜੇ ਪਿਆ ਹੋਇਆ ਕਿ ਮੈਂ ਇਹ ਖਤ ਜਿਹੜੇ ਇਹਦੀ ਬੁੱਕ ਛਪਾਉਣੀ ਆ ਅਤੇ ਉਹ ਮੈਂ ਕਿਹਾ ਵੀ ਮੈਂ ਖਾਤਾ ਤਾਂ ਦੇ ਤੇ ਉਹਨੂੰ ਪੜ੍ਹ ਲਿਆ ਉਹਨੇ ਅਤੇ ਬਾਕੀ ਜਿਹੜੀ ਪ੍ਰਵਾਨਗੀ ਹੈ ਜਿਹੜੀ ਸਾਡੀ ਸੈਂਟਰ ਗਵਰਨਮੈਂਟ ਹੋਮ ਗ੍ਰਹਿ ਮੰਤਰਾਲੇ ਮੈਨੂੰ ਐਂ ਵੀ ਜੇ ਉਹ ਖਤ ਛਾਪ ਜਾਣ ਜਾਂ ਕੋਈ ਛਾਪ ਦੇਵੇ ਹੈ ਨਾ ਪਬਲਿਸ਼ਰ ਅਤੇ ਮੈਂ ਉਹਨੂੰ ਦੇਣ ਨੂੰ ਤਿਆਰ ਹਾਂ ਅਤੇ ਉਹਨੂੰ ਪੜ੍ਹ ਕੇ ਤੁਸੀਂ ਐਕਸਪੀਰੀਅੰਸ ਲੈ ਸਕਦੇ ਕਿ ਖਤ ਕਿਵੇਂ ਲਿਖਣਾ ਹੈ ਪਿਆਰ ਪਿਆਰ ਮੰਗਦਾ ਹੈ ਪਿਆਰ ਹੀ ਜ਼ਿੰਦਗੀ ਹੈ ਸੋ ਇਹ ਸੀ ਸਾਡੀ ਛੋਟੀ ਜਿਹੀ ਲਵ ਸਟੋਰੀ ਮੇਰੀ ਰਾਜ ਧਾਲੀਵਾਲ ਤੇ ਨਵੀ ਧਾਲੀਵਾਲ ਹੋ ਗਿਆ ਹੁਣ ਤਾਂ ਮੈਂ ਰਾਜ ਚਲੋ ਜੀ।